ਅਗਲੀ ਖਬਰ ਵੱਲ ਚਲਿਏ ਰਾਜਕਨਵੀਰ ਸਿੰਘ ਜੀ ਆਪਾਂ ਦੇਖਦੇ ਆ ਪਿਛਲੇ ਸਾਲਾਂ ਦੇ ਵਿੱਚ ਪੰਜਾਬੀ ਦੇ ਵੀ ਇੰਡੀਆ ਦੇ ਵੀ ਬਹੁਤ ਸਾਰੇ ਟੀਵੀ ਰੇਡੀਓ ਸਟੇਸ਼ਨ ਆ ਨਿਊਜ਼ਪੇਪਰ ਬਹੁਤ ਕੁ ਚੱਲਿਆ ਜਿੱਥੇ ਕਿਤੇ ਕੰਮ ਦੀ ਗੱਲ ਹੁੰਦੀ ਆ ਜਿੱਥੇ ਕਿਤੇ ਹਿੰਦੁਸਤਾਨ ਗਵਰਨਮੈਂਟ ਦਾ ਧੱਕੇ ਦੀ ਗੱਲ ਹੁੰਦੀ ਆ ਸਾਰਿਆਂ ਦੇ ਮੂੰਹ ਨੂੰ ਜੀਭਾਂ ਲੱਗ ਜਾਂਦੀਆਂ ਆ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਥੋੜੇ ਸਮੇਂ ਤੋਂ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਆਏ ਹੈਗੇ ਆ ਹਰ ਕੋਈ ਜਿਹੜਾ ਮਾਈਕ ਚੱਕੀ ਕਦੇ ਕਿਸੇ ਭਾਈ ਕਦੇ ਉਹ 크੍ਰਿਸਚੀਅਨ ਕੋਲ ਚਲੇ ਜਾਂਦਾ ਕਦੇ ਉਹ ਭਾਈ ਕੁੱਕੀ ਕੋ ਚਲੇ ਜਾਂਦੇ ਆ ਕਦੇ ਭਾਈ ਜਮੇਰ ਸਿੰਘ ਕਦੇ ਕਾਮਰੇਡ ਮਾਲੀ ਵਰਗੇ ਕੋ ਜੋ ਪੇ ਕਮਿਊਨਿਟੀ ਚ ਲੜਾਈ ਪੈਂਦੇ ਰਹੀ ਹੈ ਜਿਹੜੀ ਉਹਨਾਂ ਦੇ ਜਿਹੜਾ ਪ੍ਰੋਫੈਸ਼ਨ ਆ ਉਹਦੇ ਨਾਲ ਰਿਲੇਟਡ ਨਿਊਜ਼ ਹੁੰਦੀ ਆ ਉੱਥੇ ਸਾਰਿਆਂ ਦੀਆਂ ਜੀਭਾਂ ਸੀਟੀਆਂ ਜਾਂਦੀਆਂ ਆ ਜੰਮੂ ਕਸ਼ਮੀਰ ਦੀ ਇੱਕ ਜਰਨਲਿਸਟ ਸਾਨਾ ਮਟੂ ਉਹਨੂੰ ਜਿਹੜਾ ਆ ਪਾਲੀਜ਼ਰ ਅਵਾਰਡ ਮਿਲਿਆ ਹੈਗਾ ਆ ਇਹ ਬਹੁਤ ਵੱਡਾ ਅਵਾਰਡ ਹੁੰਦਾ ਹੈ ਫੋਟੋ ਜਰਨਲਿਸਟ ਹੈਗੀ ਆ ਸਾਨਾ ਇਰਸ਼ਾਦ ਮੱਟੂ ਉਸਨੇ ਨਿਊਯਾਰਕ ਦੇ ਵਿੱਚ ਆਣਾ ਸੀ ਉਸ ਅਵਾਰਡ ਨੂੰ ਲੈਣ ਦੇ ਲਈ ਤੇ ਦਿੱਲੀ ਤੋਂ ਇੰਡੀਆ ਦੀ ਸਰਕਾਰ ਨੇ ਉਸ ਨੂੰ ਉੱਥੋਂ ਚੰਨ ਨਹੀਂ ਦਿੱਤਾ ਕਹਿੰਦੇ ਵੀ ਨਹੀਂ ਇਹ ਪਹਿਲੀ ਵਾਰੀ ਨਹੀਂ ਹੋਇਆ 28 ਸਾਲਾਂ ਦੀ ਬੜੀ ਨੌਜਵਾਨ ਬੜੀ ਹੀ ਪ੍ਰੋਫੈਸ਼ਨਲ ਫੋਟੋ ਜਰਨਲਿਸਟ ਹੈਗੀ ਆ ਆ ਇੱਕ ਵਾਰੀ ਫੇਰ ਮੈਂ ਦੱਸਦਾ ਤੁਸੀਂ ਸਰਚ ਸਰਚ ਕਰ ਲਿਓ ਕਿਉਂਕਿ ਬਾਕੀ ਤਾਂ ਸਾਰੇ ਇੰਡੀਆ ਦੇ মিডিਏ ਦਾ ਜਿਹੜਾ ਮੂੰਹ ਸੀਤਾ ਹੋਇਆ ਇਸ ਗੱਲ ਤੇ ਬੋਲਣਾ ਨਹੀਂ ਹੈ ਅੱਜ ਉਹਦੇ ਨਾਲ ਹੋਇਆ ਕੱਲ ਨੂੰ ਸਾਡੇ ਨਾਲ ਜਾਂ ਤੁਸੀਂ ਜਿਹੜੇ ਵੀ ਇਸ profession ਦੇ ਵਿੱਚ ਹੈਗੇ ਆ ਤੁਹਾਡੇ ਨਾਲ ਵੀ ਵਾਪਰ ਸਕਦਾ ਨਾ ਹੁਣੇ ਹੋ ਗਿਆ ਤਾਂ ਹਟਿਆ ਅੰਗਦ ਸਿੰਘ ਨੂੰ ਰੋਕੇ ਸੀਗਾ ਮੁੰਡੇ ਨੂੰ ਵਾਈਸ ਵਾਲੇ ਨੂੰ ਜੀ ਬਿਲਕੁਲ ਸੋ ਉਸ ਟਾਈਮ ਉਹਦੇ ਨਾਲ ਹੋਇਆ ਤੇ ਕੱਲ ਜਿਹੜਾ ਆ ਐਡਾ ਵੱਡਾ ਅਵਾਰਡ ਪ੍ਰਾਪਤ ਕਰਨ ਜਾ ਰਹੀ ਫੋਟੋ ਜਰਨਲਿਸਟ ਸਾਨਾ ਇਰਸ਼ਾਦ ਮੱਟੂ ਜੋ 28 ਸਾਲਾਂ ਦੀ ਆ ਕਸ਼ਮੀਰ ਤੋਂ ਆ ਉਸ ਨੂੰ ਇੰਡੀਆ ਦੀ ਸਰਕਾਰ ਨੇ ਏਅਰਪੋਰਟ ਜੋ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਦਾ ਉੱਥੋਂ ਚੜ੍ਹ ਨਹੀਂ ਦਿੱਤਾ ਸੋ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਇਹ ਤੋਂ ਪਹਿਲਾਂ ਵੀ ਉਸ ਨੂੰ ਜਿਹੜਾ ਆ 2020 ਦੇ ਵਿੱਚ ਵੀ ਨਹੀਂ ਚਣ ਦਿੱਤਾ ਸੀ ਸੋ ਐਡਾ ਤੱਕਾ ਜਿਹੜਾ ਇੰਡੀਆ ਦੀ ਸਰਕਾਰ ਕਰਦੀ ਹੈਗੀ ਆ ਕਹਿੰਦੇ ਭਈ ਫਰਸਟ ਕਸ਼ਮੀਰੀ ਮੁਸਲਮ ਮੋਮਿਨਾ ਜਿਸ ਨੇ ਐਜ਼ ਏ ਫੋਟੋ ਜਰਨਲਿਸਟ ਐ ਜਿਹੜਾ ਪਲਿਜ਼ਰ ਅਵਾਰਡ ਹੁੰਦਾ ਆ ਉਸ ਨੂੰ ਬੇਨ ਕੀਤਾ ਹੈਗਾ ਹੁਣ ਦੇਖੋ ਭਈ ਇਹ ਜਿੰਨੇ ਸਾਡੇ ਸਰੋਤੇ ਸੁਣਦੇ ਆ ਤੁਸੀਂ ਵੀ ਬਹੁਤ ਸਾਰੇ ਹੋਰ ਵੀ ਚੈਨਲ ਦੇਖਦੇ ਆ ਹੋਰ ਵੀ ਰੇਡੀਓ ਦੇਖਦੇ ਹੋਰ ਵੀ ਅਖਬਾਰ ਆ ਭਾਈ ਪੁੱਛਿਆ ਕਰੋ ਉਹਨਾਂ ਨੂੰ ਪੀ ਯਾਰ ਜਿਹੜੀ ਇੱਕ ਕੰਮ ਦੀ ਖਬਰ ਹੁੰਦੀ ਆ ਉਹ ਤਾਂ ਖਬਰ ਸਾਂਝੀ ਕਰਿਆ ਕਰੋ ਨਾ ਹੋਰ ਐਵੇਂ ਮਾੜੀ ਮਾੜੀ ਗੱਲ ਦੇ ਉੱਤੇ ਲੈ ਕੇ ਤੁਸੀਂ ਜਿਹੜਾ ਪੂਰਾ ਆਪਣੀ ਕੌਮ ਦੇ ਵਿੱਚ ਲੜਾਈ ਪਵਾਉਂਦੇ ਰਹਿੰਦੇ ਆ ਸੋ ਬਹੁਤ ਹੀ ਮਾੜੀ ਗੱਲ ਆ ਤੇ ਸਾਨੂੰ ਜਿਹੜਾ ਆ ਸਾਥ ਦੇਣਾ ਚਾਹੀਦਾ ਇਦਾਂ ਦੇ ਜਰਨਲਿਸਟ ਦਾ ਹਾਲਾਂਕਿ ਇਹ ਉਹ ਉਸਨੇ ਕੋਈ ਬਾਹਲਾ ਕੋਈ ਪੋਲਿਟੀਕਲ ਸਟੇਟਮੈਂਟ ਨਹੀਂ ਦਿੱਤਾ ਸੀ ਉਸਨੇ ਕੋਵਿਡ 19 ਕ੍ਰਾਈਸਿਸ ਦੇ ਉੱਤੇ ਕਵਰੇਜ ਫੋਟੋਗ੍ਰਾਫੀ ਕੀਤੀ ਸੀ ਕੋਈ ਇਹ ਨਹੀਂ ਆ ਕਿ ਕਿਸੇ ਪੋਲਿਟੀਕਲ ਪਾਰਟੀ ਦੇ ਉਲਟ ਕੀਤੀ ਆ ਜਾਂ ਨਹੀਂ ਸੋ ਇਹ ਇਸ ਦੇ ਸਬੰਧ ਦੇ ਵਿੱਚ ਇੱਕ ਫ੍ਰੀਲੈਂਸ ਜਰਨਲਿਸਟ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਇੱਕ ਜਰਨਲਿਸਟ ਨੂੰ ਪੋਲਿਜ਼ਰ ਅਵਾਰਡ ਸੈਰੇਮਨੀ ਦੇ ਵਿੱਚ ਜਾਣ ਜਾਣ ਤੋਂ ਰੋਕਣ ਲਈ ਇਹ ਇੱਕ ਬਹੁਤ ਮਾੜੀ ਗੱਲ ਹੋ ਸਕਦੀ ਆ ਪ੍ਰੈਜ਼ੀਡੈਂਟ ਆਫ ਗਲੋਬਲ ਪ੍ਰੈਸ ਫ੍ਰੀडम ਐਡਵੋਕੇਟ ਜੋਡੀ ਗਿੰਗਸਵਰਗ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਦ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਤੇ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਇਹ ਜਿਹੜਾ ਐਕਟ ਇੰਡੀਆ ਦੀ ਸਰਕਾਰ ਨੇ ਇਸ ਫੋਟੋ ਜਰਨਲਿਸਟ ਦੇ ਅਗੇਂਸਟ ਕੀਤਾ ਆ ਅਸੀਂ ਉਸ ਨੂੰ ਸ਼ੇਮਫੁਲ ਕਹਿੰਦੇ ਆ ਬਹੁਤ ਹੀ ਸ਼ਰਮ ਬੜਾ ਇਹ ਘਰਾ ਹੈਗਾ ਅ ਜੀ ਬਿਲਕੁਲ ਫਰਾਂਸ ਦੇ ਵਿੱਚ ਵੀ ਇਸ ਨੇ ਕੁਝ ਬੜੇ ਪਹਿਲਾਂ ਜਿਹੜਾ ਜਾਣਾ ਸੀ ਉਦੋਂ ਉਹਨੇ ਆਪਣੀ ਬੁੱਕ ਲਾਂਚ ਜਿਹੜੀ ਉਹ ਕਰਨ ਦੇ ਲਈ ਜਾਣਾ ਸੀ ਉਦੋਂ ਵੀ ਇਸ ਨੂੰ ਰੋਕਿਆ ਗਿਆ ਸੀਗਾ ਸੋ ਇਹ ਬੀਤੇ ਮੰਗਲਵਾਰ ਕੱਲ ਨੂੰ ਹੀ ਸੀਗਾ ਜਦਿਸ ਨੂੰ ਦਿੱਲੀ ਦੇ ਜਿਹੜਾ 에어ਪੋਰਟ ਆ ਉਥੇ ਜਿਹੜਾ ਆ ਜਾਣ ਤੋਂ ਉੱਥੋਂ ਚੜ੍ਹਨ ਦੇ ਲਈ ਜਿਹੜਾ ਉਹ ਰੁਕਿਆ ਗਿਆ ਸੀ ਜਾਂ ਨਿਊ ਆਰਕ ਦੀ ਨੂ ਜਿਹੜੀ ਸੀ ਫਲਾਈਟ ਸੀਗੀ ਯੂਨਾਈਟਿਡ ਦੀ ਇਸਨੇ ਖੁਦ ਆਪਣੇ ਜਿਹੜੇ ਟਵਿੱਟਰ ਦੇ ਉੱਤੇ ਪੋਸਟ ਕਰਕੇ ਜਿਹੜਾ ਉਹ ਦੱਸਿਆ ਸੀਗਾ ਅ ਇਹ ਤੇ ਰੀਟਰਸ ਦੇ ਤਿੰਨ ਹੋਰ ਜਿਹੜੇ ਫੋਟੋ ਜਰਨਲਿਸਟ ਆ ਉਹਨਾਂ ਦੇ ਨਾਲ ਮਿਲ ਕੇ ਇਹਨਾਂ ਨੂੰ ਪੁਲਸਰ ਅਵਾਰਡ ਜਿਹੜਾ ਆ ਇਹ ਮਿਲਿਆ ਸੀਗਾ ਬਹੁਤ ਰਿਪਿਊਟਡ ਕਿਸੇ ਵੀ ਜਰਨਲਿਸਟ ਦੇ ਲਈ ਇਹ ਇਨਾਮ ਨੂੰ ਜਿਹੜਾ ਉਹ ਜਿਤਨਾ ਬਹੁਤ ਵੱਡੀ ਮਾਇਨੇਦਾਰ ਜਿਹੜੀ ਉਹ ਗੱਲ ਰਹਿੰਦੀ ਆ ਪਰ ਕੋਵਿਡ ਸੈਕੰਡ ਵੇਵ ਜਿਹੜੀ ਕੋਵਿਡ ਦੀ ਇੰਡੀਆ ਦੇ ਵਿੱਚ ਆਈ ਸੀ ਉਸ ਤਰ੍ਹਾਂ ਨਿਸਤਿਕ ਕਵਰੇਜ ਦੇ ਲਈ ਇਸ ਨੂੰ ਇਹ ਇਨਾਮ ਦਿੱਤਾ ਜਾਣਾ ਸੀਗਾ ਜੀ ਸੋ ਬਿਲਕੁਲ ਬਹੁਤ ਵਾਰ ਹਜੇ ਵੀ ਕੁਐਸਚਨ ਕਰਦੇ ਰਹਿੰਦੇ ਜੀ ਆ ਸਿੱਖ ਕਾਦੇ ਗੁਲਾਮ ਆ ਜਾਂ ਮਿਨੋਰਟੀ ਦਾ ਹਾਲ ਤੁਸੀਂ ਦੇਖ ਲਓ ਪਿਛਲੇ ਦਿਨਾਂ ਚ ਆਪਾਂ ਪੂਰੀ ਰਿਪੋਰਟ ਸਾਂਝੀ ਕੀਤੀ ਸੀ ਭਈ ਅੰਗਦ ਸਿੰਘ ਜੋ ਅਮਰੀਕਨ ਸਿਟੀਜ਼ਨ ਆ ਅਮਰੀਕਨ ਬੌਰਨ ਹੈਗਾ ਉਹ ਦਲਤਾਂ ਦੇ ਉੱਤੇ ਰਿਪੋਰਟਿੰਗ ਕਰ ਰਿਹਾ ਸੀ ਤੇ ਉਹ ਵੈਸੇ ਜਿਸ ਦਿਨ ਉਹ ਜਾ ਰਿਹਾ ਸੀ ਉਸ ਦਿਨ ਉਹ ਪਰਿਵਾਰਕ ਫੰਕਸ਼ਨ ਸੀ ਕੋਈ ਉਹ ਨਹੀਂ ਸੀ ਵਾਈਸ ਜਿਹੜੀ ਆ ਨਿਊਜ਼ ਏਜੰਸੀ ਉਹਨਾਂ ਲਈ ਕੰਮ ਕਰਦਾ ਸੀ ਉਸ ਨੂੰ ਉੱਥੋਂ ਰਿਪੋਰਟ ਕਰਦਾ ਸੀ ਦਿੱਲੀ ਤੋਂ ਤੇ ਹੁਣ ਇਹ ਦੇਖੋ ਭਈ ਕਸ਼ਮੀਰ ਤੋਂ ਜਿਹੜੀ ਇਹ ਮੁਸਲਮਾਨ ਬੀਬੀ ਹੈਗੀ ਆ ਇਹ ਇਕੱਲੀ ਇਹ ਨਹੀਂ ਹੈ ਇਸ ਤੋਂ ਪਹਿਲਾਂ ਵੀ ਹੋਰ ਬਹੁਤ ਸਾਰੇ ਜਿਹੜੇ ਜਰਨਲਿਸਟ ਆ ਕਸ਼ਮੀਰ ਦੇ ਉਹਨਾਂ ਨੂੰ ਜਿਹੜਾ ਇੰਡੀਆ ਦੀ ਸਰਕਾਰ ਨੇ ਬਾਹਰੋਂ ਜਾਣ ਤੋਂ ਰੋਕਿਆ ਹੈਗਾ ਜੀ